ਚਲ ਬਸ ਹੁਣ ਮਾਲ ਬਣ ਰੱਖੜੀ ਬੰਦ ਪਹਿਲਾਂ ਕੈਵੀ ਦੇ ਬੰਦ ਜੈਵੀ ਦੀ ਆਰਟ ਆ ਰਹੀ ਹੈ ਪਿੱਛੇ ਪੂਰੀ ਕੈਵੀ ਦੀ ਆਰਟ ਆ ਰਹੀ ਹੈ ਪਿੱਛੇ ਮੈਂ ਕਹਿੰਦੀ ਪਹਿਲਾਂ ਲੱਡੂ ਪਾਪਾ ਦੇ ਬਣ ਫਿਰ ਉਹਨੂੰ ਦੇਖ ਕੇ ਫਿਰ ਤੱਤੋਂ ਬਣਵਾ ਲੂਗਾ ਨਹੀਂ ਇਹਨੇ ਤੇ ਨਾ ਜਿੱਦ ਕਰੂਗਾ ਇਹਨੂੰ ਰੱਖ ਦੇ ਮੈਨੂੰ ਫੜਾ ਦੇ ਮੈਂ ਖੋਲ ਦਿੰਦੀ ਹਾਂ ਤੂੰ ਪਾਪਾ ਦੇ ਬੰਦੇ ਪਹਿਲਾਂ ਉਹ ਦੇਖ ਹਾਂ ਪਾਪਾ ਦੇ ਬੰਦੇ ਉਹ ਆਪਣੇ ਪਾਪਾ ਦੇ ਲਾ ਦੇ ਹਾਂ ਦੀਦੀ ਦੇ ਵੀ ਲਾ ਦੇ ਦੀਦੀ ਦੇ ਦੀਦੀ ਦੇ ਆਪਣੇ ਲਾ ਲੱਗੇ ਵੀ ਉਰੇ ਇੱਥੇ ਲਾ ਓਏ ਬਸ ਇੱਥੇ ਇੱਥੇ ਲਾ ਲੈ ਪੂਰੇ ਲਾ ਲੈ ਓਏ ਕਿਹਦੀ ਰੱਖੜੀ ਆ ਇਹ ਦੀਦੀ ਦੀ ਆ ਤੁਸੀਂ ਮਾੜੀ ਕਰਵਾ ਲਓ ਮੈਂ ਆਪੇ ਸੈੱਟ ਕਰ ਦੂੰਗੀ ਬਾਅਦ ਚੋਂ ਇਹਨੂੰ ਆਉਂਦੀ ਨਹੀਂ ਚਲ ਬਸ ਠੀਕ ਆ ਲੱਡੂ ਮੈਂ ਆਪੇ ਕਰ ਦੂੰਗੀ ਸੈੱਟ ਲੈ ਪਾਪਾ ਨੂੰ ਮਿੱਠਾ ਖਵਾ ਦੇ ਮਿੱਠਾ ਖਵਾ ਦੇ ਪੁੱਤ ਓਏ ਪਾਪਾ ਖੋਲ ਦਿੰਦੇ ਨੇ ਹਾਂ ਚਲੋ ਇੱਧਰ ਤਾਂ ਦਿਖਾ ਦੇ ਪਹਿਲਾਂ ਨਮੀ ਪਹਿਲਾਂ ਪਹਿਲਾਂ ਰੱਖੜੀ ਬਣਵਾਓ ਪਹਿਲਾਂ ਰੱਖੜੀ ਬਣਾਉਣੀ ਪੈਣੀ ਰੱਖੜੀ ਬਣਾ ਲਾ ये ਗੈਵੀ ਯੇ ਕਦੇ ਵਾਓ ਕਦੇ ਵਾਓ ਹੁਣ ਚੀਜੀ ਮਿਲੂਗੀ ਹੁਣ ਦੀਦੀ ਚੀਜੀ ਖਵਾ ਦੇ ਗੈਵੀ ਨੂੰ ਪੁੱਛ ਲਾ ਕੀ ਖਾਊਗਾ ਕੀ ਖਾਣਾ ਚੱਲ ਖਵਾ ਦੇ ਹੁਣ ਧਿਆਨ ਨਾ ਮੈਂ ਤੂੰ ਡੁੱਲੇ ਨਾ ਯਾਮੀ ਪਾਪਾ ਨੂੰ ਵੀ ਕੋਈ ਪਾਰਟੀ ਲਾ ਦੇ ਕੀ ਆ ਚੀਚੀ ਉਹ ਜੰਮੀ ਆ ਅੱਛਾ ਦੱਸੋ ਫਿਰ ਕਿੱਦਾਂ ਦੀ ਹੈ ਗਿੱਲ ਦੀ ਮਠਿਆਈ ਕੱਪੜੇ ਨਾ ਲਵੇ ਲਵੇ ਗਿੱਗਾ ਚਲੋ ਹੁਣ ਬਸ ਹੈਪੀ ਰੱਖੜੀ ਕਹਿ ਦੋ ਹੈਪੀ ਰੱਖੜੀ ਹੈਪੀ ਰੱਖੜੀ ਇਹ ਮੈਂ ਮੇਰੀ ਨਹੀਂ ਬਣਨੀ ਸੀ ਜੀ ਤੂੰ ਬਣ ਲੈ ਪਾਪਾ ਤੋਂ ਬਣਾ ਲੈ ਇੱਥੇ ਪਿਆ ਬ੍ਰੈਸਲੇਟ ਆ ਰਿਹਾ ਪਾਪਾ ਨੂੰ ਕਹਿੰਦੇ ਪਾਪਾ ਮੇਰੇ ਪਾ ਦੋ ਗਿਫਟ ਦਾ ਇਹ ਪਾਪਾ ਨੇ ਗਿਫਟ ਦਿੱਤਾ ਐਕਚੁਅਲੀ ਯੈਸ ਛੋਟਾ ਨਹੀਂ